ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੈਂ ਕੁਲਦੀਪ ਕੌਰ ਚੱਠਾ ਤੁਹਾਡੇ ਸਾਹਮਣੇ ਪਵਿੱਤਰ ਕੌਰ ਮਾਟੀ ਦੀ ਕਹਾਣੀ ਧੌਂਕੀ ਕਿਰਨ ਦੀ ਅਗਲੀ ਕਿਸ਼ਤ ਪੇਸ਼ ਕਰਨ ਜਾ ਰਹੀ ਹਾਂ। ਬਾਹਮਣੀ ਨੇ ਕਿੰਨਾ ਹੀ ਨਿੱਕ ਛੁੱਕ ਮੰਗ ਲੈਣਾ, ਆਖਣਾ ਇਹਦੇ ਨਾਂ ਦਾ ਪੁੰਨ ਹੋਇਆ ਅਤੇ ਗ੍ਰਹਿ ਟਲ ਗਿਆ। ਹੁਣ ਤਾਂ ਬੇਜੀ ਅਸਲੋਂ ਹੀ ਕੰਧ ਬਣੀ ਪਈ ਆ, ਗੂੰਗੀ ਬੋਲੀ ਬਣ ਕੇ ਬੈਠੀ ਰਹਿੰਦੀ ਹੈ, ਸੁਜਾਖੀ ਹੀ ਅੰਨ੍ਹੀ ਹੋ ਜਾਂਦੀ ਹੈ। ਇੱਕ ਦਿਨ ਬਲਦੇਵ ਬਾਬੇ ਨੇ ਬੇਜੀ ਦੇ ਪੈਰੀਂ ਹੱਥ ਲਾਉਂਦੇ ਆਖਿਆ, ਬੇਜੀ ਤੁਸੀਂ ਗੁਰਦੁਆਰੇ ਆਇਆ ਕਰੋ, ਆਉਣੋਂ ਕਿਉਂ ਹਟ ਗਏ? ਹੁਣ ਤਾਂ 5 ਵਜੇ ਸਵੇਰੇ ਆਪਾਂ ਲੜੀਵਾਰ ਕਥਾ ਸ਼ੁਰੂ ਕਰਨੀ ਆ, ਤੁਸੀਂ ਆ ਕੇ ਸੁਣਿਆ ਕਰੋ। ਬਲਦੇਵ ਬੇਜੀ ਦੇ ਪੈਰੀਂ ਹੱਥ ਲਾਉਣ ਲੱਗਾ ਤਾਂ ਬੇਜੀ ਨੇ ਪੈਰ ਇਕੱਠੇ ਕਰ ਪਿੱਛੇ ਖਿੱਚ ਲਏ ਅਤੇ ਬਿਨਾਂ ਕੋਈ ਜਵਾਬ ਦਿੱਤੇ ਬਲਦੇਵ ਵੱਲ ਕੌੜਾ ਕੌੜਾ ਝਾਕ, ਦੰਦੀਆਂ ਕਚਿਰਕਿਰਚਣ ਲੱਗੀ। ਦੋਵੇਂ ਮੁੰਡੇ ਲੱਕੀ ਅਤੇ ਵਿੱਕੀ ਵਿਹੜੇ ਵਿੱਚ ਕੱਚੇ ਥਾਂ 'ਤੇ ਆਪਣੇ ਨਿੱਕੇ ਜਿਹੇ ਟਰੈਕਟਰ ਨਾਲ ਹੱਲ ਵਾਹ ਕੇ ਖੇਡਦੇ ਖੇਡਦੇ ਲੜਨ ਲੱਗੇ। ਉੱਥੇ ਹੀ ਗੁੱਥਮ ਗੁੱਥਾ ਹੋ ਗਏ। ਰੰਮੂ ਭੱਜ ਕੇ ਮੇਰੇ ਕੋਲ ਆ ਗਈ, ਮੰਮੀ ਹੁਣ ਫਿਰ ਦੋਵੇਂ ਲੜ ਪਏ, ਵੇਖ ਲਾ। ਵੇਖੀ ਵੇਖੀ ਮੰਮੀ ਲੱਕੀ ਨੇ ਵਿੱਕੀ ਨੂੰ ਢਾ ਲਿਆ। ਮੈਂ ਵੇਖ ਵੇਖ ਖੁਸ਼ ਹੁੰਦੀ ਹਾਂ, ਮਸਾਂ ਨਿਆਣਿਆਂ ਦੇ ਚਿਹਰਿਆਂ 'ਤੇ ਭੋਰਾ ਰੌਣਕ ਆਈ ਆ, ਪਾਣੀ ਫਿਰਿਆ ਸਰੀਰਾਂ 'ਤੇ, ਨਹੀਂ ਤਾਂ ਉਈਂ ਬਿਮਾਰੀ ਖਾਧੇ ਜਿਹੇ ਪਏ ਸੀਗੇ। ਨਾਲ ਖੜੀ ਰੰਮੂ ਨੂੰ ਵੇਖਦੀ ਹਾਂ, ਦਿਨੋ ਦਿਨ ਜਵਾਨ ਹੋ ਰਹੀ ਆ, ਮੇਰੇ ਮੋਢੇ ਤੱਕ ਆ ਗਈ ਵੇਂਦੇ ਹੀ, ਹੁਣ ਤਾਂ ਪੂਰਾ ਸਰੀਰ ਭਰ ਗਿਆ, ਕਿੰਨੀ ਸੋਹਣੀ ਨਿਕਲੀ ਆ ਮਰ ਜਾਣੀ। ਮੈਂ ਬਾਹੋਂ ਫੜ ਘੁੱਟ ਨਾਲ ਲਾ ਲੈਂਦੀ ਹਾਂ, ਪੁੱਤ ਤੂੰ ਹੁਣ ਪੜ੍ਹ, ਤੇਰੇ ਪੇਪਰ ਆ, ਉੱਤੋਂ 10ਵੀਂ ਦੀ ਪੜ੍ਹਾਈ, ਨਾਲੇ ਰੰਮੂ ਤੂੰ ਇੱਧਰ ਹੀ ਰਿਹਾ ਕਰ, ਹੱਟੀ ਵਾਲੇ ਪਾਸੇ ਨਾ ਆਇਆ ਕਰ, ਐਵੇਂ ਮੰਡੀਰ ਵਾਧਾ ਤੁਰਿਆ ਰਹਿੰਦਾ, ਇਹ ਹੱਟੀ ਕਾਹਦੀ ਆ, ਐਵੇਂ ਰਾਹ ਵਾਲੀ ਬੈਠਕ 'ਚ ਕਰਿਆਨੇ ਮੁਨਿਆਰੀ ਦਾ ਨਿੱਕ ਛੁੱਕ ਜਿਹਾ ਰੱਖੀ ਬੈਠੀ ਹਾਂ। ਸ਼ੀਰੇ ਦੇ ਭੋਗ ਵੇਲੇ ਜੋ ਰਿਸ਼ਤੇਦਾਰਾਂ ਨੇ ਹਮਦਰਦੀ ਵਜੋਂ ਦਿੱਤੇ ਸਨ, ਸੋਚਿਆ ਇਹਨਾਂ 4 ਪੈਸਿਆਂ ਦਾ ਕੋਈ ਕੰਮ ਚਲਾ ਲਵਾਂ, ਉਹਨਾਂ ਦਾ ਸਮਾਨ ਪਾ ਕੇ ਬੈਠ ਗਈ। ਗਾਹ ਕੋਈ ਘੱਟ ਹੀ ਵੜਦਾ, ਸਮਾਨ ਐਵੇਂ ਖੇਹ ਖਰਾਬ ਹੋਇਆ ਰਹਿੰਦਾ, ਅਤੇ ਹੁਣ ਬਲਦੇਵ ਨੇ ਨਵੇਂ ਸਿਰਿਓਂ ਸਾਰੇ ਸੌਦੇ ਪਵਾਤੇ, ਸੁੱਖ ਨਾਲ ਹੁਣ ਤਾਂ ਰੌਣਕ ਵੀ ਡਾਢੀ ਰਹਿਣ ਲੱਗ ਪਈ। ਮੇਰਾ ਸੁੱਕਿਆ ਲਮਕਿਆ ਸਰੀਰ ਵੀ ਭਰ ਕੇ ਜਚਣ ਲੱਗਾ, ਗੱਲਾਂ 'ਚੋਂ ਲਾਲੀ ਦੀ ਭੈ ਅਤੇ ਅੱਖਾਂ 'ਚੋਂ ਸੁਰਮੇ ਦੀ ਧਾਰੀ ਪੈਣ ਲੱਗ ਪਈ। ਗਾਹਕਾਂ ਦੀ ਭੀੜ ਜੁੜਨ ਲੱਗੀ। ਹੱਟੀ ਦਾ ਬੀਹੀ ਵਾਲਾ ਬੂਹਾ ਖੋਲ੍ਹ ਕੇ ਬੈਠ ਜਾਂਦੀ ਹਾਂ ਤਾਂ ਛਪਾਰ ਦਾ ਮੇਲਾ ਲੱਗ ਜਾਂਦਾ, ਪਰ ਬਲਦੇਵ ਤੋਂ ਇਹ ਜਰ ਨਾ ਹੁੰਦਾ। ਉਹ ਚਾਹੁੰਦਾ ਕਿ ਮੈਂ ਸਿਰਫ ਉਸ ਦੀ ਰਹਿਮਤ 'ਤੇ ਪਲਾਂ। ਕਈ ਵਾਰ ਬੜਾ ਆਵਾ ਤਵਾ ਬੋਲ ਜਾਂਦਾ, ਸੋਚਦੀ ਹਾਂ ਕਿਹੋ ਜਿਹੀ ਦੁਨੀਆ ਹੈ, ਇਹ ਉਹੀ ਹੱਟੀ ਅਤੇ ਉਹੀ ਸੁੱਖੀ ਹੈ। ਕਹਿੰਦੇ ਗਰੀਬ ਦੀ ਜੋਰੂ ਸਾਰੇ ਪਿੰਡ ਦੀ ਭਾਬੀ, ਕਮਾਈ ਚੰਗੀ ਹੋਣ ਲੱਗ ਪਈ, ਸੋਹਣਾ ਤੋਰਾ ਤੁਰਨ ਲੱਗਾ, ਨਿਆਣੇ ਸੋਹਣਾ ਖਾਂਦੇ ਪੀਂਦੇ ਅਤੇ ਪੜ੍ਹਦੇ, ਪਰ ਭੋਲੀ ਵਾਂਗ ਹੁਣ ਮੈਂ ਸਾਰਿਆਂ ਦੀ ਅੱਖ ਤਿਣ ਆ। ਮੇਰੇ ਵੱਲ ਵੇਖ, ਸਾਰੀਆਂ ਜਨਾਨੀਆਂ ਨੱਕ ਸਕੋੜਦੀਆਂ, ਜਿਵੇਂ ਮੈਂ ਸਾਰਿਆਂ ਦੀ ਸੌਕਣ ਹੋਵਾਂ। ਕਦੀ ਕਦੀ ਕਿਸੇ ਸੌਦੇ ਦੇ ਬਹਾਨੇ ਆ ਵੜਦੀਆਂ ਅਤੇ ਗੱਲੀ ਬਾਤੀ ਮੇਰੀ ਖੁੰਭ ਠੱਪਦੀਆਂ, ਤੂੰ ਤਾਂ ਬੜਾ ਚੰਗਾ ਕੰਮ ਚਲਾ ਲਿਆ ਹੈ, ਹੁਣ ਤਾਂ ਤੂੰ ਭੋਲੀ ਦੇ ਵੀ ਸਾਰੇ ਗਾਹਕ ਪੱਟ ਲਏ, ਨਾਲੇ ਭਾਈ ਉਹਨੇ ਵੀ ਸਾਰੇ ਪਿੰਡ ਦੇ ਜੱਟ ਨੰਗ ਕਰਕੇ ਛੱਡੇ ਆ, ਹੁਣ ਉਹ ਹੁਣ ਬੁੱਢੀ ਹੋ ਗਈ ਹੈ ਅਤੇ ਉਹਦੀ ਗੱਦੀ ਤੂੰ ਸਾਂਭ ਲਈ, ਪਤਾ ਨਹੀਂ ਕੀ ਤੁਸੀਂ ਇਹਨਾਂ ਬੰਦਿਆਂ ਨੂੰ ਗਿੱਦੜ ਸੁੰਘੀਆਂ ਸੁਗਾਉਂਦੀ ਹੋ। ਬਸ 2 ਕੰਨ ਹੁੰਦੇ ਕਿਹਦੇ ਵਾਸਤੇ, ਮੈਂ 1 ਕੰਨ ਪਾਉਂਦੀ ਅਤੇ 2 ਕੰਨ ਕੱਢ ਦਿੰਦੀ, ਸਮਾਜ ਦੀ ਝੂਠੀ ਸ਼ਰਾਫਤ ਨੂੰ ਲਿੱਤੜ ਕੇ ਸਾਊ ਇੱਜ਼ਤਦਾਰ ਔਰਤ ਦਾ ਮਖੋਟਾ ਲਾਹ ਕੇ ਹੁਣ ਮੈਂ ਬੁਰੀ ਔਰਤ ਹੋ ਗਈ। ਪਿੰਡ ਦੀਆਂ ਘਟੀਆ ਅਤੇ ਬੁਰੀਆਂ ਕਹਾਈਆਂ ਜਾਣ ਵਾਲੀਆਂ ਔਰਤਾਂ 'ਚ ਹੁਣ ਮੇਰਾ ਨਾਂ ਸਭ ਤੋਂ ਉੱਪਰ ਆਉਂਦਾ। ਜਿਸ ਦਾ ਵੀ ਮਰਦ ਮੇਰੇ ਬੂਹੇ ਨਾਲ ਖਹਿੰਦਾ, ਮੈਂ ਉਸੇ ਔਰਤ ਦੀ ਗੁਨਾਹਗਾਰ ਬਣਦੀ, ਅੰਤਾਂ ਦੀਆਂ ਗਾਲਾਂ ਅਤੇ ਬਦਦੁਆਵਾਂ ਸੁਣਦੀ, ਮੇਰੇ ਪੁੱਤ ਪਿੱਟ ਕੇ ਜਾਂਦੀ। ਮੈਂ ਵੀ ਤਾਂ ਇੰਜ ਹੀ ਕਰਦੀ ਸੀ ਜਦੋਂ ਸ਼ੀਰਾ ਭੋਲੀ ਦੇ ਘਰ ਜਾਂਦਾ ਸੀ, ਜਿੱਦਣ ਕੰਮ ਤੋਂ ਠੇਕੇ ਦੇ ਪੈਸੇ ਇਕੱਠੇ ਮਿਲ ਜਾਣੇ ਤਾਂ ਭੋਲੀ ਦੇ ਘਰ ਹੀ ਦਿਨ ਰਾਤ ਵੜਿਆ ਰਹਿੰਦਾ, ਫਿਰ ਕਈ ਦਿਨ ਰੱਜ ਕੇ ਸ਼ਰਾਬ ਅਤੇ ਸ਼ਬਾਬ ਉਡਾਉਂਦਾ। ਮੈਂ ਰੋਂਦੀ ਝੋਲੀਆਂ ਅੱਡਦੀ, ਬਦਚਲਣ ਬੇਸਵਾ ਰੱਬ ਇੱਥੇ ਹੀ ਨਰਕ ਸੁਰਗ ਦਿਖਾਓ ਇਹੋ ਜਿਹੀਆਂ ਤੀਵੀਆਂ ਨੂੰ, ਖੂਨ ਚੂਸਣੀ ਜੋਕ ਖੁਣੋ ਕਦੋਂ ਮੇਰੇ ਬੰਦੇ ਮਗਰੋਂ ਲੱਥੂ। ਭੋਲੀ ਤਾਂ ਅਜੇ ਵੀ ਘੋੜੇ ਅਰਗੀ ਫਿਰਦੀ ਆ, ਮੁੱਕ ਤਾਂ ਨਿੱਤ ਦਾ ਸ਼ਰਾਬੀ ਗਿਆ, ਜਦੋਂ ਕੰਮ ਸ਼ੁਰੂ ਕੀਤਾ ਸੀ ਤਾਂ ਸ਼ੀਰਾ ਸਾਰੇ ਨੇੜ ਤੇੜ ਦੇ ਮਿਸਤਰੀਆਂ 'ਚੋਂ ਸਿਰੇ ਦਾ ਮਿਸਤਰੀ ਸੀ, ਫਿਰ ਵੱਡੇ ਵੱਡੇ ਠੇਕੇ ਲੈਣ ਲੱਗਾ, ਪੈਸੇ ਖੁੱਲ੍ਹੇ ਹੀ ਕਮਾਉਂਦਾ ਅਤੇ ਖੁੱਲ੍ਹਾ ਹੀ ਉਡਾਉਂਦਾ, ਇੰਨੇ ਪੈਸੇ ਨੇ ਉਹਦੀ ਮੱਤ ਮਾਰ ਦਿੱਤੀ। ਸੱਚੀ ਜਨਾਨੀ ਤਾਂ ਆਟੇ ਦੀ ਤੌਣ ਹੁੰਦੀ ਆ, ਅੰਦਰ ਪਈ ਨੂੰ ਚੂਹੇ ਖਾਂਦੇ ਆ ਅਤੇ ਬਾਹਰ ਪਈ ਨੂੰ ਕੁੱਤੇ। ਇਹ ਦੁਨੀਆ ਹੀ ਐਸੀ ਹੈ, ਹਰ ਕੋਈ ਆਪਣੇ ਫਾਇਦੇ ਖਾਤਰ ਦੂਰ ਦੀ ਸੋਚਦਾ। ਲੈ ਅੱਗੇ ਕਿਤੇ ਮੈਂ ਗਿੰਦਰ ਕੇ ਜੰਟੇ ਦੀ ਸ਼ਕਲ ਨਹੀਂ ਸੀ ਵੇਖੀ, ਵਿੰਗੀ ਜੀ ਬੂਥੀ ਵਾਲਾ, ਹੁਣ ਗੇੜੇ ਨਾ ਕਦੇ ਸਾਗ ਕਦੇ ਸਬਜ਼ੀਆਂ ਅਤੇ ਕਦੇ ਛੱਲੀਆਂ ਚੱਕੀ ਆਊ,
ਭਾਬੀ ਮੈਂ ਖੇਤੋਂ ਆਉਂਦਾ ਸੀ, ਮਖਾ ਫੜਾ ਚੱਲਾਂ ਨਿਆਣੇ ਅੱਲ ਦੇਖ ਕੇ। ਨਿਆਣੇ ਅੱਲ ਦੇਖ ਕੇ ਮੇਰੇ ਤਾਂ ਸੱਚੀ ਹੌਲ ਜੇ ਪੈਣ ਲੱਗਦੇ ਆ। ਕੀ ਰੱਬ ਲੋਹੜਾ ਮਾਰਿਆ, ਤੇਰੀ ਵੀ ਕੀ ਉਮਰ ਸੀ ਉੱਤੋਂ ਇੰਨੀ ਅਕਲ ਸ਼ਕਲ। ਚੱਲ ਛੱਡ ਮੈਂ ਵੀ ਐਵੀਂ, ਆਹ ਨਿਆਈ ਵਾਲੇ ਖੇਤ ਦੀ ਸਰੋਂ ਆ, ਵਿੱਚੇ ਮੇਥੇ ਪਾਲਕ ਬਾਥੂ ਸਾਰਾ ਕੁਝ ਰਲਾ ਕੇ ਧਰ। ਰਾਤ ਦੀ ਰੋਟੀ ਤੇਰੇ ਕੋਲੋਂ ਖਾਣੀ ਆ, ਹੁਣ ਵਧੀਆ ਜਿਹਾ ਬਣਾ ਲਈ, ਟਿਕਾ ਕੇ ਤੜਕਾ ਲਾ ਲਈ। ਸਾਗ ਖੋਲ੍ਹ ਕੇ ਮੇਰੇ ਕੋਲ ਪਈ ਟੋਕਰੀ 'ਚ ਰੱਖ, ਸਾਫਾ ਝਾੜਦਾ ਬੇਜਾਨ ਜਿਹੀ ਹਾਸੀ ਹੱਸਦਾ ਤੁਰ ਗਿਆ। ਮੈਨੂੰ ਸਮਝ ਨਹੀਂ ਆਉਂਦੀ ਫਿਰ ਕੀ ਆਖਾਂ, ਮੈਂ ਤੈਨੂੰ ਚਾਟ 'ਤੇ ਲਾਇਆ ਕਿ ਤੁਸੀਂ ਮੈਨੂੰ ਚਾਟ 'ਤੇ ਲਾਈ ਫਿਰਦੇ ਹੋ। ਬੂਹੇ 'ਚੋਂ ਗੱਡੀ ਦੇ ਬੰਦ ਹੋਣ ਦੀ ਆਵਾਜ਼ ਮੇਰੇ ਕੰਨੀ ਪੈਂਦੀ ਹੈ। ਜ਼ਰੂਰ ਇਹ ਸਰਪੰਚ ਹੀ ਹੋਣਾ, ਹੁਣ ਤੁਸੀਂ ਮਿਲੋ ਪਿੰਡ ਦੇ ਸਰਪੰਚ ਡਿੰਪੀ ਬਰਾੜ ਨੂੰ। ਮੱਥਾ ਟੇਕਦਾ, ਬੇਬੇ ਜੀ ਹੁਣ ਸਿਹਤ ਕਿਵੇਂ ਰਹਿੰਦੀ ਆ, ਨਿਆਣੇ ਕਿਵੇਂ ਠੀਕ ਠਾਕ ਆ? ਸੁੱਖੀ ਭਾਬੀ ਨਹੀਂ ਦੀਂਦੀ ਕਿਤੇ। ਬੇਬੇ ਦੇ ਮੰਜੇ 'ਤੇ ਬੈਠਦਿਆਂ ਹੀ ਕਈ ਸਵਾਲ ਸਰਪੰਚ ਨੇ ਬੇਮਾਨੇ ਜਿਹੇ ਬੇਬੇ 'ਤੇ ਉਲੱਦ ਦਿੱਤੇ। ਬੇਜੀ ਨੇ ਬਿਨਾਂ ਮੂੰਹ ਖੋਲ੍ਹੇ ਕੀ ਉੱਤਰ ਦਿੱਤਾ ਮੈਨੂੰ ਨਹੀਂ ਸੁਣਿਆ, ਮੈਂ ਆਪ ਉਸ ਵੱਲ ਔਲ ਕੇ ਆਈ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਬੀ ਜੀ, ਕਿਵੇਂ ਠੀਕ ਹੋ ਸਾਰੇ ਨਿਆਣੇ ਬੱਚੇ ਆ ਠੰਡ ਤੋਂ? ਮੈਂ ਤਾਂ ਚੱਲਿਆ ਸੀ ਉਹ ਸਕੂਲ 'ਚ ਕੰਮ ਚਲਾ ਰਿਹਾ ਸੀ, ਗੇੜਾ ਕੱਢ ਆਵਾਂ, ਸੋਚਿਆ ਖੈਰ ਸੁੱਖ ਪੁੱਛਦਾ ਜਾਵਾਂ, ਨਾਲੇ ਸੱਚ ਆਪਦੇ ਸਾਰੇ ਸਰਟੀਫਿਕੇਟ, ਆਧਾਰ ਕਾਰਡ, ਫੋਟੋ 4 ਸਾਰਾ ਸਮਾਨ ਇਕੱਠਾ ਕਰਕੇ ਦੇ ਦਿਓ। ਮੈਂ ਗੱਲ ਕੀਤੀ ਆ ਉੱਪਰ, ਤੁਹਾਡੀ ਆਂਗਣਵਾੜੀ 'ਚ ਨੌਕਰੀ ਪੱਕੀ ਆ, ਮੈਨੂੰ ਜੋ ਵੀ ਕਰਨਾ ਪਿਆ ਮੈਂ ਕਰਾਂਗਾ, ਸਾਰੀ ਭੱਜ ਨੱਠ, ਤੁਸੀਂ ਬਸ ਆਹ ਜ਼ਰੂਰੀ ਪੇਪਰ ਮੈਨੂੰ ਦੇ ਦਿਓ, ਫਿਰ ਅਗਾਂਹ ਦੀ ਬਥੇਰੀ ਤਰੱਕੀ ਹੁੰਦੀ ਆ। ਬੇਜੀ ਨੇ ਉਸਦੇ ਮੋਢੇ 'ਤੇ ਹੱਥ ਧਰਦਿਆਂ ਬਥੇਰੀਆਂ ਅਸੀਸਾਂ ਦਿੱਤੀਆਂ। ਹਾਂ ਸੱਚ, ਬੇਜੀ ਦੇ ਆਧਾਰ ਕਾਰਡ 'ਤੇ ਫੋਟੋ ਦੇਣੇ, ਇਹਨਾਂ ਦੀ ਪੈਨਸ਼ਨ ਵੀ ਲਵਾਉਣੀ ਆ ਭੱਜ ਨੱਠ ਕਰਕੇ। ਤੁਸੀਂ ਕੋਈ ਕੰਮ ਮੇਰੇ ਗੋਚਰਾ ਹੋਵੇ ਤਾਂ ਬੇਝਿਜਕ ਆਖਣਾ, ਭਾਵੇਂ ਅੱਧੀ ਰਾਤ ਨੂੰ ਹੁਕਮ ਕਰੋ, ਮੇਰਾ ਫਰਜ਼ ਆ। ਮੈਨੂੰ ਸਭ ਚੇਤੇ ਆ ਕੇ ਬਾਈ ਸ਼ੀਰੇ ਨੇ ਵੋਟਾਂ 'ਚ ਮੇਰੀ ਕਿੰਨੀ ਮਦਦ ਕੀਤੀ ਸੀ। ਬੇਜੀ ਅੱਖਾਂ ਪੂੰਝਦੀ ਮੈਨੂੰ ਚਾਹ ਬਣਾਉਣ ਲਈ ਆਖਦੀ ਹੈ, ਮੁੱਛਾਂ ਨੂੰ ਤਾਹ ਦਿੰਦਾ ਡਿੰਪੀ, ਲੱਕੀ ਅਤੇ ਵਿੱਕੀ ਨੂੰ ਬੁੱਕਲ 'ਚ ਲੈਂਦਾ ਪਲੋਸਦਾ, ਗੱਡੀਆਂ 'ਚ ਰੱਖੀਆਂ ਟਾਫੀਆਂ ਚਾਕਲੇਟਾਂ ਦਿੰਦਾ। ਮੈਂ ਗੈਸ 'ਤੇ ਧਰੀ ਚਾਹ ਵਾਂਗ ਹੀ ਉੱਬਲ ਰਹੀ ਹਾਂ। ਸ਼ਿਕਾਰੀ ਸਭ ਆ ਜਾਂਦੇ ਆ ਨਿੱਤ ਕਿਸੇ ਨਾ ਕਿਸੇ ਬਹਾਨੇ, ਨੌਕਰੀ ਦੇ ਸੁਪਨੇ ਵਿਖਾਉਣ ਕਿ ਜਾਲ ਸੁੱਟਣ। ਅੱਕ ਗਈ ਹਾਂ ਮੈਂ ਝੂਠੀਆਂ ਹਮਦਰਦੀਆਂ ਤੋਂ, ਮੈਂ ਮਰਿਆਦਾ ਦੀ ਲਾਈਨ ਤੋਂ ਅਗਾਂਹ ਇੱਕ ਕਦਮ ਕੀ ਪੁੱਟਿਆ, ਸਾਰਿਆਂ ਨੇ ਮੇਰੇ ਘਰ ਨੂੰ ਕੰਜਰੀ ਦਾ ਕੋਠਾ ਹੀ ਸਮਝ ਲਿਆ, ਜਿਵੇਂ ਹੱਡੀ ਦੇ ਮੁਸ਼ਕ ਨਾਲ ਕਸਾਈ ਦੀ ਦੁਕਾਨ ਅੱਗੇ ਗੇੜੀਆਂ ਲਾਉਂਦੇ ਕੁੱਤੇ, ਮਜਬੂਰੀ ਅੱਗੇ ਗੋਡੇ ਟੇਕਦੀ ਫਿਰ ਹਾਲਤ ਅਨੁਸਾਰ ਤਿਆਰ ਹੋ ਜਾਂਦੀ ਹਾਂ। ਇਹਦੀ ਜੇਬ 'ਚ 4 ਛਿੱਲੜ ਹੁੰਦੇ ਉਹੀ ਆਪਣੀ ਮਾਲਕੀ ਦਿਖਾਉਂਦਾ, ਜ਼ੋਰ ਦਿਖਾਉਂਦਾ। ਪੈਸੇ ਵਾਲੇ ਲੋਕਾਂ ਕੋਲ ਸ਼ਾਇਦ ਅਨਾਜ ਫੂਕਣ ਅਤੇ ਆਸ਼ਕੀ ਤੋਂ ਬਿਨਾਂ ਹੋਰ ਵੱਡਾ ਕੰਮ ਹੀ ਨਹੀਂ ਹੋ ਸਕਦਾ, ਇਹਨਾਂ ਕੰਮਾਂ ਤੋਂ ਉਹ ਕਦੇ ਅੱਕਦੇ ਥੱਕਦੇ ਵੀ ਨਹੀਂ। ਨੱਕ ਅਤੇ ਅੱਖਾਂ ਨੂੰ ਵੀ ਕੀ ਰੱਬ ਸ਼ਰਾਫ ਦਿੱਤਾ ਹੈ, ਅੱਖਾਂ ਬੇਗਾਨੀਆਂ ਤੀਵੀਆਂ ਨੂੰ ਵੇਖ ਵੇਖ ਕੇ ਨਹੀਂ ਰੱਜਦੀਆਂ ਅਤੇ ਨੱਕ ਸੋਹਣੇ ਜਿਸਮਾਂ ਨੂੰ ਸੁੰਘ। ਪੈਸਾ ਵੀ ਨਿਰੀ ਭਟਕਣਾ ਹੀ ਹੁੰਦੀ ਹੈ, ਸ਼ਾਇਦ ਸਬਰ ਸਿਦਕ ਦੀ ਰੱਬ ਇਹਨਾਂ ਦੇ ਮੱਥੇ ਲਕੀਰ ਹੀ ਵਾਹੁਣੀ ਭੁੱਲ ਗਿਆ। ਪਰ ਮੇਰੇ ਅੰਦਰ ਤਾਂ ਸ਼ੁਰੂ ਤੋਂ ਹੀ ਠਹਿਰਾ ਸੀ, ਬਿਲਕੁਲ ਸ਼ਾਂਤ ਸਮੁੰਦਰ ਵਾਂਗ। ਬੀਜੀ ਹਰ ਰੋਜ਼ ਵਾਂਗ ਕੰਧ ਨਾਲ ਡਹੀ ਮੰਜੀ ਅਤੇ ਕੰਬਲ ਨਾਲ ਮੂੰਹ ਸਿਰ ਵਲੇਟੀ ਪਈ ਆ। ਸਰਦੀਆਂ ਦੀ ਫਰਵਰੀ ਮਹੀਨੇ ਦੀ ਕੋਸੀ ਕੋਸੀ ਧੁੱਪ 'ਚ ਮੈਂ ਬੀਜੀ ਦੇ ਮੰਜੇ 'ਤੇ ਪੈਂਦ 'ਤੇ ਬੈਠੀ ਵਾਲ ਸੁਕਾ ਰਹੀ ਹਾਂ। ਇਹਨਾਂ ਸਰੀਰਾਂ ਦੀ ਬਣਤਰ ਅਤੇ ਮਨ ਦੀ ਵਹਿੰਗੀ ਡੂੰਘੀ ਗੰਗਾ 'ਚ ਗੋਤੇ ਖਾ ਰਹੀ ਹਾਂ। ਹੁਣ ਸਾਰਿਆਂ ਦੀਆਂ ਨਜ਼ਰਾਂ 'ਚ ਸੁੱਖੀ ਅਪਵਿੱਤਰ ਘਟੀਆ ਔਰਤ ਹੈ, ਇਹ ਸਰੀਰ ਤਾਂ ਮਸ਼ੀਨ ਹੈ, ਇਸ ਤੋਂ ਮੈਂ ਕੀ ਕੰਮ ਲੈਂਦੀ, ਇਸ ਨਾਲ ਕੀ ਫਰਕ ਪੈਂਦਾ ਹੈ? ਕੋਈ ਗੰਧਲੀ ਸੋਚ ਸੁੱਟਦਾ ਇਹਦੇ 'ਤੇ ਗੰਧਲੇ ਹੱਥ ਲਾ ਕੇ ਤੁਰ ਜਾਂਦਾ, ਸਭ ਦੇ ਨਿਸ਼ਾਨ ਮਿਟਾ ਦਿੰਦੀ ਹਾਂ ਅਗਲੇ ਹੀ ਪਲ। ਔਰਤ ਦੇ ਜਿਸਮ ਨੂੰ ਤਾਂ ਪੈਸੇ ਨਾਲ ਖਰੀਦਿਆ ਜਾ ਸਕਦਾ, ਪਰ ਔਰਤ ਦੇ ਮਨ ਨੂੰ ਨਹੀਂ। ਹਰੇਕ ਔਰਤ ਦੀ ਰੀਝ ਹੁੰਦੀ ਹੈ ਉਸਦਾ ਕੋਈ ਹੋਵੇ ਪੂਰੇ ਦਾ ਪੂਰਾ, ਕੋਈ ਮਨ 'ਤੇ ਅਜਿਹਾ ਨਿਸ਼ਾਨ ਪਾ ਦੇਵੇ ਜੋ ਮੇਰੀ ਰੂਹ 'ਚ ਉੱਕਰਿਆ ਰਹੇ। ਅਜਿਹਾ ਕੋਈ ਮਿਲਿਆ ਹੀ ਨਹੀਂ ਜਿਸ ਨੂੰ ਮੈਂ ਕਦੇ ਨਾ ਮਿਟਾ ਸਕਦੀ। ਸ਼ੀਰਾ ਵੀ ਬਲਦੇਵ ਵੀ ਜਿਸਮਾਂ ਦੇ ਸੌਦਾਗਰ ਹੀ ਮਿਲੇ, ਸਭ ਅਪਵਿੱਤਰ ਭੌਰੇ। ਕੁੜਕੁੜ ਕੁੱਕੜੀ ਨੂੰ ਮਧੋਲ ਰਿਹਾ ਸੀ ਕੁੱਕੜ, ਸ਼ੀਸ਼ੀ ਉਹ ਪਰੇ ਮਰ ਢਹਿ ਜਾਣਾ ਇਕੱਲਾ ਹੀ ਸਾਰੀਆਂ ਨੂੰ ਅੱਗੇ ਲਾਈ ਰੱਖਦਾ ਹੈ। ਮੇਰਾ ਮਨ ਕਾਲਾ ਪੈਣ ਲੱਗਾ, ਮੈਨੂੰ ਅਜੀਬ ਜਿਹੀ ਖਿੱਚ ਚੜੀ। ਮੈਂ ਮੰਜੇ ਨਾਲ ਪਿਆ ਬੇਜੀ ਦਾ ਬੂਟ ਚੁੱਕ ਕੇ ਮਾਰਿਆ, ਉਹ ਭੱਜ ਕੇ ਖੁੱਡੇ 'ਚ ਜਾ ਵੜਿਆ। ਸਾਰੀਆਂ ਕੁੱਕੜੀਆਂ ਵੀ ਆਜ਼ਾਦ ਹੋ ਆਸੇ ਪਾਸੇ ਭੱਜ ਗਈਆਂ, ਪਰ ਬੂਟ ਕੁੱਕੜ ਦੇ ਵੱਜ ਕੇ ਅਗਾਂਹ ਬਲਦੇਵ ਦੀ ਲੱਤ 'ਤੇ ਜਾ ਵੱਜਿਆ। ਉਹ ਢਾਕਾਂ 'ਤੇ ਹੱਥ ਰੱਖੀ ਖੜਾ ਕੱਚਾ ਜਿਹਾ ਹਾਸਾ ਹੱਸਿਆ।
ना ना इन्हां नूं वी करन दे ऐश, तैनूं की बिल आउंदा। निशाना तां जमा ही सही लगा, मेरे तो अचनचेत ही कह हो गया। पहलां तां इह बूबणा साध नेरे सवेरे देख के आउंदा सी, हुण तां जदों जी करे आ धमकदा। आ जा सुखी चाह बना वधिया जिही, आख उह मेरे उठन तो पहलां ही रसोई विच जा वड़िया। मैं चाह लई पानी पा गैस ते रखिया ते उसने मगरों आ दबोच लिया। मैं इक्को झटके नाल परां तक दिता। वेख बलदेव, त्यों सारी दिहाड़ी ना गेड़े मारिया कर, मेरी धी जवान है हुण। ओह ठूहे वांगू टप उठिया। मैं वेखी जाना दिनों दिन तेरे बदलदे रंग, बाले नखरे विखाउण लग पई। हुण बाले वड्डे बंदियां नाल तेरी गाठी जो पै गई, हुण मैथों की लैणा तूं। टैम नहीं भुली दा वी औखे वेले किने बाँह फड़ी सी, ना बाँह फड़ी सी कि सारी नूं निगलिया सी। फलाने नाल गाठी, ढिमके नाल गाठी, जे प्यों दा पुत्तां तां लै खां लावां, जे शरेआम तैनूं घरे ना रखां तां फिर मेरी वाह वल भी कोई झाकिया तां वेहड़े 'च रख के वढ दी भावें। चक मेरी ते मेरे न्याणियां दी सारी जिम्मेवारी। हूँ चल चल, बहुत लुतरो चलदी है तेरी कुड़ी, जवान होई वड्डी इज्जत वाली। उन्हें जाना तां माँ ते ही आ, तेरे तो दो रत्तियां वध जवान आ। छड पढ़ाई पढ़ूई दा खेड़ा, चुप करके हाली कढ ला ही 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 ही, जिहो जी कोको उहो जे बच्चे हुंदे आ। होर उहने पढ़ के की जज लगना, हाँ जे लावां देनियां तां उहदियां ते मेरे नाल दे। तेरे जूठ तो मैं की कराउणा। मेरा सिर भौण लगा, जानी गर्म गर्म खून अखां चों वगन लगा। कुछ अगड़े दुगड़े दृश्य मन च चितर गए, रम्मू अक्सर ही बलदेव नूं वेख के सहम क्यों जांदी आ, लुक क्यों जांदी आ। जिस दिन मैं शहरों अपनी दवाई लैण गई, लेट हो गई सी तां कुड़ी मैनूं चिंबड़ के होके लैंदी रही, मम्मी तूं ना जाया कर जां मैनूं नाल लै जाया कर। बलदेव उदों उहदे कमरे च बैठा बोलिया, मैं तां समझाई जाना कि रम्मू तेरी माँ आउण ही वाली आ, एवें कन्नू रोई जानी आ, एवें कमली तूं किहड़ा न्याणी आ, सुख नाल मुटियार आ। बेजी उदों लक्की विक्की नाल गवांढियां दे घरे बैठी सी, मेरा दिल उदों वी कंबिया सी। मैनूं बेजी ते बाला गुस्सा आया, ना बेजी तूं लोकां दे घरें कौले कछदी फिरिया कर, कुड़ी कल्ली घरे छड्ड के तेरा दिमाग खराब हो गया। मैं भखी भी बोल ली गई। बेजी कुछ ना बोली, हमेशा दी तरह दड़ वट के परां नूं तुर गई। इक्को हंबले नाल मैनूं पता ही ना लगा कि रसोई चों कदों मैं घोटना चुक लिया। इक्को साह एक दो तीन बलदेव दे मोहरां ते सिर च जड़ गई। देवां लावां तेरे नाल, खड़ो मेरा खड़ो वड्डा मर्द वे, इन्हां खातर तां मैं आपदी जान भी गिरवी रखदिआं। भावें गिरजा ने मेरे खंभ नोचे, पर मैं खंभा हेठों आपदे बोट नहीं कढे वे। तूं की समझिआ मैनूं, सुखी आ सुखी। हाए बलदेव चाचा, हाए बलदेव चाचा, की हो गया चाचे नूं। मम्मी स्कूलों आउंदे न्याणे रोण लग पए। बलदेव दे भज्जे जांदे ते सिर 'च ततीरियां खून दियां पैंदियां। अक्खां दे फोर नाल बूहा टपदिआं उह गली पार कर गिआ। अज बेजी दी आवाज़ विच वी गड़का सी, मार मार होर मार रामी नूं, मार मुका इस पापी नूं। मैं हफी होई घोटना हथ 'च फड़ी बूहे दे विचकार खड़ोती ललकार रही हाँ, वे लोको सुन लो, अखां कढ दूं जे किसे ने मेरे घर वल मैली अख नाल वेख्या, विचाल्यों पाड़ दूं, वेखे तां सही कोई साडी हवा वल वी। हुण जिवें मेरे मन तों मना मूही भार लै गया होवे। धन्नवाद जी। चौहान इंटरटेनमेंट, तुहाडा अपना तुहाडे लई।